ਮੀਟਰ ਦੀ ਦੂਰੀ ਦੇ ਉੱਤੇ ਹਰਿਆਣਾ ਪੁਲਿਸ ਖੜੀ ਹੈ ਜੀਸੀਬੀ ਦੀਆਂ ਮਸ਼ੀਨਾਂ ਵੀ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਔਰ ਉਧਰਲੇ ਪਾਸੇ ਜਾਣਕਾਰੀ ਇਹ ਮਿਲ ਰਹੀ ਹੈ ਕਿ ਕੁਝ ਸੜਕ ਵੀ ਜਿਹੜੀ ਹੈ ਉਹ ਪੁੱਟੀ ਹੋਈ ਹੈ ਹੰਝੂ ਗੈਸ ਦੇ ਗੋਲੇ ਜਿਹੜੇ ਨੇ ਅੱਜ ਸਾਰਾ ਦਿਨ ਜਿਹੜੇ ਨੇ ਹਰਿਆਣਾ ਪੁਲਿਸ ਦੇ ਵੱਲੋਂ ਚਲਾਏ ਗਏ ਡਰੋਨ ਦਾ ਇਸਤੇਮਾਲ ਵੀ ਜਿਹੜਾ ਉਹ ਕੀਤਾ ਗਿਆ ਵੈ ਔਰ ਅੱਜ ਖਨੋਰੀ ਬਾਰਡਰ ਦੇ ਉੱਤੇ ਵੀ ਕਾਫੀ ਤਣਾਅ ਵਾਲਾ ਮਾਹੌਲ ਜਿਹੜਾ ਵੈ ਉਹ ਦੇਖਣ ਨੂੰ ਮਿਲਿਆ ਸੀ ਔਰ ਇੱਕ ਕਿਸਾਨ ਦੀ ਜਿਹੜੀ ਹੈ ਉਸ ਦੇ ਵਿੱਚ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਦਿੱਲੀ ਕੂਚ ਕਰਨ ਦਾ ਫੈਸਲਾ ਸਵੇਰੇ ਕੀਤਾ ਗਿਆ ਸੀ 11 ਵਜੇ ਦਿੱਲੀ ਕੂਚ ਕਰਨਾ ਸੀਗਾ ਲੇਕਿਨ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਜਦੋਂ ਸੁਨੇਹਾ ਦਿੱਤਾ ਕਿ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਆ ਤਾਂ ਸਾਰਾ ਦਿਨ ਅੱਜ ਤਣਾਅਪੂਰਨ ਵਾਲੀ ਸਥਿਤੀ ਜਿਹੜੀ ਉਹ ਸ਼ੰਭੂ ਬਾਰਡਰ ਦੇ ਉੱਤੇ ਬਣੀ ਹੋਈ ਰਹੀ ਔਰ ਫਿਲਹਾਲ ਦੀਆਂ ਤਸਵੀਰਾਂ ਅਸੀਂ ਦਿਖਾਉਣਾ ਚਾਹਾਂਗੇ ਦੇਰ ਰਾਤ ਦੀਆਂ ਤਸਵੀਰਾਂ ਸੀ ਦਿਖਾਉਣਾ ਚਾਹਾਂਗੇ ਕਿ ਕਿਸ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਤੇ ਸਾਰਾ ਦਿਨ ਤਣਾਅ ਵਾਲੀ ਸਥਿਤੀ ਤੋਂ ਬਾਅਦ ਹੁਣ ਮਾਹੌਲ ਜਿਹੜਾ ਵੈ ਉਹ ਸ਼ਾਂਤ ਹੋ ਗਿਆ ਵੈ ਇੱਥੋਂ ਦੀ ਕੁਝ ਹੀ ਮੀਟਰ ਦੀ ਦੂਰੀ ਦੇ ਉੱਤੇ ਹਰਿਆਣਾ ਪੁਲਿਸ ਖੜੀ ਹੈ ਜੀਸੀਬੀ ਦੀਆਂ ਮਸ਼ੀਨਾਂ ਵੀ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਔਰ ਉਧਰਲੇ ਪਾਸੇ ਜਾਣਕਾਰੀ ਇਹ ਮਿਲ ਰਹੀ ਹੈ ਕਿ ਕੁਝ ਸੜਕ ਵੀ ਜਿਹੜੀ ਹੈ ਉਹ ਪੁੱਟੀ ਹੋਈ ਹੈ ਹੰਝੂ ਗੈਸ ਦੇ ਗੋਲੇ ਜਿਹੜੇ ਨੇ ਅੱਜ ਸਾਰਾ ਦਿਨ ਜਿਹੜੇ ਨੇ ਹਰਿਆਣਾ ਪੁਲਿਸ ਦੇ ਵੱਲੋਂ ਚਲਾਏ ਗਏ ਡਰੋਨ ਦਾ ਇਸਤੇਮਾਲ ਵੀ ਜਿਹੜਾ ਉਹ ਕੀਤਾ ਗਿਆ ਵੈ ਔਰ ਅੱਜ ਖਨੋਰੀ ਬਾਰਡਰ ਦੇ ਉੱਤੇ ਵੀ ਕਾਫੀ ਤਣਾਅ ਵਾਲਾ ਮਾਹੌਲ ਜਿਹੜਾ ਵੈ ਉਹ ਦੇਖਣ ਨੂੰ ਮਿਲਿਆ ਸੀ ਔਰ ਇੱਕ ਕਿਸਾਨ ਦੀ ਜਿਹੜੀ ਹੈ ਉਸ ਦੇ ਵਿੱਚ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਕਿ ਕੱਲ ਅਤੇ ਪਰਸੋਂ 2 ਦਿਨ ਦਿੱਲੀ ਕੂਚ ਨਹੀਂ ਕੀਤਾ ਜਾਏਗਾ ਖਨੋਰੀ ਦੇ ਉੱਤੇ ਜੋ ਤਣਾਅ ਵਾਲੀ ਸਥਿਤੀ ਬਣੀ ਜਿਸ ਦੇ ਵਿੱਚ ਕਈ ਸਾਰੇ ਕਿਸਾਨ ਜ਼ਖਮੀ ਹੋਏ ਉਹਨਾਂ ਦੀ ਸਥਿਤੀ ਦਾ ਜਾਇਜ਼ਾ ਲਿੱਤਾ ਜਾਏਗਾ ਔਰ ਦੂਜੇ ਪਾਸੇ ਕੇਂਦਰ ਸਰਕਾਰ ਜੇਕਰ ਗੱਲਬਾਤ ਲਈ ਬੁਲੰਦ ਹੈ ਤਾਂ ਫਿਰ ਦੇਖਿਆ ਜਾਏਗਾ ਕਿ ਗੱਲਬਾਤ ਕਿਵੇਂ ਕਰਨੀ ਹੈ ਲੇਕਿਨ ਕਿਸਾਨਾਂ ਨੇ ਸਪਸ਼ਟ ਕੀਤਾ ਕਿ ਜਦੋਂ ਸੁਨੇਹਾ ਆਵੇ ਤਾਂ ਉਸ ਦੇ ਵਿੱਚ ਲਿਖਿਆ ਹੋਵੇ ਕਿ ਐਮਐਸਪੀ ਤੇ ਕਾਨੂੰਨ ਦਾ ਹੱਲ ਇਹ ਮੁੱਦਾ ਜਿਹੜਾ ਵਾ ਹੋਣਾ ਚਾਹੀਦਾ ਵਾ ਔਰ ਇਸ ਦੇ ਨਾਲ ਨਾਲ ਜਿਹੜੀਆਂ ਬਾਕੀ ਮੰਗਾ ਨੇ ਜਿਵੇਂ ਕਿ ਕਰਜ਼ ਮਾਫੀ ਦਾ ਮੁੱਦਾ ਹੋਵੇ ਜਾਂ ਲਖੀਮਪੁਰ ਦਾ ਮੁੱਦਾ ਹੋਵੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਰਜਿੰਦਰ ਨੂੰ ਕਹੂੰਗਾ ਆਪਣੇ ਸਹਿਯੋਗੀ ਨਾਲ ਥੋੜੀ ਜਿਹੀ ਹੋਰ ਅੱਗੇ ਵਧ ਕੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਸਵੇਰ ਤੋਂ ਹੀ ਸ਼ੰਭੂ ਬਾਰਡਰ ਦੇ ਉੱਤੇ ਤਣਾਅ ਵਾਲਾ ਮਾਹੌਲ ਜਿਹੜਾ ਵਾ ਉਹ ਬਣਿਆ ਹੋਇਆ ਸੀ ਲਗਾਤਾਰ ਅਪੀਲ ਕੀਤੀ ਜਾ ਰਹੀ ਸੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿ ਅੱਗੇ ਨਾ ਵਧਿਆ ਜਾਵੇ ਲੇਕਿਨ ਕੁਝ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉਸ ਵੇਲੇ ਹੰਝੂ ਗਏ ਸੇ ਗੋਲੇ ਵੀ ਜਿਹੜੇ ਨੇ ਉਹ ਧਾਕੇ ਗਏ ਸੀਗੇ ਤਾਂ ਇਸ ਵੇਲੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਕਿ ਲਗਾਤਾਰ ਜਿਹੜਾ ਵੈ ਸਵੇਰ ਤੋਂ ਹੀ ਤਣਾਅ ਵਾਲੀ ਸਥਿਤੀ ਬਣੀ ਹੋਈ ਸੀ ਲੇਕਿਨ ਰਾਤ ਹੁੰਦੇ ਹੁੰਦੇ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਇਹ ਫੈਸਲਾ ਦਿੱਤਾ ਗਿਆ ਕਿ ਅੱਜ ਅਤੇ ਕੱਲ 2 ਦਿਨ ਅੱਗੇ ਨਹੀਂ ਵਧਿਆ ਜਾਏਗਾ ਔਰ 2 ਦਿਨ ਅੱਗੇ ਰਣਨੀਤੀ ਜਿਹੜੀ ਹੈ ਉਹ ਲਿਖੀ ਜਾਏਗੀ ਕਿ ਕਿਸ ਤਰੀਕੇ ਦੇ ਨਾਲ ਦਿੱਲੀ ਜਾਣਾ ਹੈ ਕੇਂਦਰ ਸਰਕਾਰ ਸੁਨੇਹੇ ਚ ਕੀ ਕੁਝ ਬੁਲاندی ਹੈ ਕਿਸ ਤਰੀਕੇ ਨਾਲ ਗੱਲਬਾਤ ਹੁੰਦੀ ਹੈ ਲੇਕਿਨ ਅਜ ਸਾਰਾ ਦਿਨ ਸ਼ੰਭੂ ਬਾਰਡਰ ਤੇ ਖਨੋਰੀ ਦੇ ਉੱਤੇ ਤਣਾਅ ਵਾਲੀ ਸਥਿਤੀ ਜਿਹੜੀ ਹੈ ਉਹ ਬਣੀ ਰਹੀ ਹੈ